ठेकेदार ने ठेका कहिंदा मैं भर रखिया। वह कहिंदा भी मैं आपकी मर्जी नाल फूस चकांगा, असी आपकी मर्जी नाल फूस उहनूं ठेकेदार नूं नहीं चकाउणा, असी आपका फूस आप वेचांगे, खुद फैक्ट्रियां 'च असी आप जावांगे। जिमीदार साढ़े को 10,000 मंगता, 5 भी मंगता, 20 भी मंगता, असी उन्हों कटा कटा के असी मसा आपकी मेहनत पूरी करते हैं। वो ना तो मार्केट कमेटी ने साड़ी सुनी, ना साड़ी ठेकेदार ने सुनी। ठेकेदार की कह रहे? ठेकेदार भी साड़ी सुनता ही नहीं, आया नहीं साड़े को। पर मुख्यमंत्री ने ऐलान करया सीगा कि जिहड़ा ये फूस है तुसीं अपनी मर्जी नाल बेच सकदे। मुख्यमंत्री तो कहिंदा, पर सानू ठेकेदार अगे दबा के बैठा होया, भी धमकियां दे के सानू ठेकेदार कहिंदा भी मैं ही तुहाडा फूस चकूंगा। भी असीं एक गल यही भी कहती ठेकेदार नूं भी चल कोई ना साडे प्यार नाल सारे नाल कर लै रेट जिहड़ा दुनिया दे रही है, पर यह नहीं मन रहा, उरे संगरूर की मंडी च नहीं मन रहा, बाहरों चक्की जाता है। असी तो यही कहने भी जिहड़ा भगवंत मान ने साडे नाल वादा करिया सी ना, पहला तो उन्हों पूरा किया जाए। देख असी सरकार बनाई सीगी अपना वादा पूरा कराने लिए, सानू यह नहीं कि उस तो बाद साडे नाल किसी भी चीज़ का धक्का हो, साडे नाल ये ना खड़े अपनी आन ते सानू ना दिता रेट, असी अपना फूस अपने दम ते असी आप फैक्ट्रियां सीधा बेचांगे। फूस निकलता जी वो असी खरीदते हैं जी, जिमीदार तो मुल लेके जाने जी, कोई 2,000 का, 5,000 का, 10,000 का, 200 का, 100 का जी। मतलब की नाम अपना? बालो दे। बालो जी किवें देख रहे हो कि मुख्यमंत्री वालों वड्डे ऐलान किया गया सीगा तुहाडे लई कि जिहड़ा फूस है तुसीं अपनी मर्जी नाल बेच सकदे हो, पर हुण इत्थे हालात की ने? इत्थे हालात इह ने जी, ठेकेदार ने ठेका कहिंदा मैं भर रखिया, वह कहिंदा भी मैं आपकी मर्जी नाल फूस चकांगा, असी आपकी मर्जी नाल फूस उहनूं ठेकेदार नूं नहीं चकाउणा, असी आपका फूस आप वेचांगे, खुद फैक्ट्रियां 'च असी आप जावांगे। ਤੁਸੀਂ ਕਿਸ ਤਰ੍ਹਾਂ ਖਰੀਦਦੇ ਹੋਗੇ ਫੂਸ? ਅਸੀਂ ਫਿਰ ਐਂ ਨਾ ਮੂਵੀ ਪਿਆ ਹੁੰਦਾ ਜਿਮੀਦਾਰਾਂ ਕੋਲ ਚਾਰ, ਜਦੋਂ ਅਸੀਂ ਫੂਸ ਖਰੀਦਦੇ ਹਾਂ ਜਿਮੀਦਾਰ ਸਾਡੇ ਕੋਲੋਂ 10,000 ਮੰਗਦਾ, 5 ਵੀ ਮੰਗਦਾ, 20 ਵੀ ਮੰਗਦਾ, ਅਸੀਂ ਉਹਨੂੰ ਕਟਾ ਕਟਾ ਕੇ ਅਸੀਂ ਮਸਾਂ ਆਪਦੀ ਮਿਹਨਤ ਪੂਰੀ ਕਰਦੇ ਹਾਂ ਉਹਦੇ 'ਚੋਂ, ਕਿਉਂ ਜਿਮੀਦਾਰ ਨੇ ਤਾਂ ਮੰਗ ਹੀ ਲੈਣਾ, ਉਹਦੀ ਜੀਰੀ ਹੁੰਦੀ ਵਿੱਚ ਉਸੇ ਨਾਲ ਅਸੀਂ ਜੀਰੀ ਦੇ ਹਿਸਾਬ ਨਾਲ ਅਸੀਂ ਪੈਸੇ ਲਾ ਕੇ ਆਪਦਾ ਫੂਸ ਚੱਕ ਲਿਆਉਣੇ ਆ, ਲਿਆ ਕੇ ਫੂਸ ਅਸੀਂ ਆਪਦਾ ਜੀਰੀ ਕੱਢ ਕੇ ਆਪਦੀ ਲੱਗ ਵੇਚ ਦਿੰਦੇ ਹਾਂ। ਫੂਸ ਅਸੀਂ ਠੇਕੇਦਾਰ ਨੂੰ ਇਹੀ ਕਿਹਾ ਵੀ ਭਾਈ ਤੂੰ ਸਾਡਾ ਖਰੀਦ ਲੈ, ਉਹਨੇ ਨਹੀਂ ਖਰੀਦਿਆ, ਨਹੀਂ ਸਾਡੇ ਨਾਲ ਕੋਈ ਗੱਲ ਪੰਚਾਇਤ 'ਚ ਕਰਕੇ ਗਿਆ, ਉਹਨੂੰ ਅਸੀਂ ਹਾਰ ਕੇ ਕਹਿੰਦਾ ਵੀ ਅਸੀਂ ਆਪਦਾ ਫੂਸ ਆਪ ਵੇਚਾਂਗੇ। ਮੁੱਖ ਮੰਤਰੀ ਨੇ ਸਾਨੂੰ ਇਹੀ ਕਿਹਾ ਸੀ ਵੀ ਤੁਸੀਂ ਆਪਦਾ ਫੂਸ ਆਪ ਭਰ ਸਕਦੇ ਹੋ, ਆਪਦੀਆਂ ਗੱਡੀਆਂ ਤੁਸੀਂ ਆਪ ਭਰੋ, ਅਤੇ ਸਾਡੀਆਂ ਸਾਰੀਆਂ ਜਗ੍ਹਾ ਕਿਰਾਏ 'ਤੇ ਨੇ, ਸਾਡੇ ਨਾਲ ਬੱਚੇ 10-10 5-5 ਬੱਚੇ ਹਰ ਇੱਕ ਨਾਲ ਨੇ, ਛੋਟੇ ਛੋਟੇ ਬੱਚੇ ਵੀ ਨੇ ਸਾਡੇ ਨਾਲ, ਅਸੀਂ ਰਾਤ ਨੂੰ ਜਦੋਂ ਬੁੜੀਆਂ ਦਾਣੇ ਕਢਾਉਂਦੀਆਂ, ਕਦ ਵੇਰ ਸਾਡੇ ਬੰਦੇ ਨਹੀਂ ਵੀ ਆ ਸਕਦੇ, ਕੋਈ ਮਜਬੂਰੀ ਵੀ ਹੁੰਦੀ ਘਰਾਂ 'ਚ, ਅਸੀਂ ਆਪ ਦੇ ਕਿਰਾਏ 'ਤੇ 700-700 ਰੁਪਈਆ 800 ਮੈਂ ਖੁਦ ਆਪ ਦੇ ਪਿੜ 'ਚੋਂ ਦੇ ਕੇ ਰਾਤ ਨੂੰ ਬੰਦਿਆਂ ਨੂੰ ਦਾਣੇ ਕਢਾ ਕੇ ਜਾਂਦੀ ਹਾਂ। ਤਾਂ ਹੁਣ ਜਿਹੜੇ ਮਾਰਕੀਟ ਕਮੇਟੀ ਦੇ ਲੋਕ ਨੇ ਜਾਂ ਠੇਕੇਦਾਰ ਨੂੰ ਕੀ ਕਹਿ ਰਹੇ ਨੇ? ਨਾ ਤਾਂ ਮਾਰਕੀਟ ਕਮੇਟੀ ਨੇ ਸਾਡੀ ਸੁਣੀ, ਨਾ ਸਾਡੀ ਠੇਕੇਦਾਰ ਨੇ ਸੁਣੀ। ਠੇਕੇਦਾਰ ਕੀ ਕਹਿ ਰਹੇ? ਠੇਕੇਦਾਰ ਵੀ ਸਾਡੀ ਸੁਣਦਾ ਹੀ ਨਹੀਂ, ਆਇਆ ਨਹੀਂ ਸਾਡੇ ਕੋਲ। ਤੁਸੀਂ ਹੁਣ ਜਿਹੜਾ ਫੂਸ ਆਪਦੀ ਮਰਜ਼ੀ ਨਾਲ ਵੇਚ ਸਕਦੇ ਹੋ? ਅਸੀਂ ਆਪਦੀ ਮਰਜ਼ੀ ਨਾਲ ਵੇਚਾਂਗੇ, ਸਾਡੇ ਕੋਲ ਮਰਜ਼ੀ ਹੈਗੀ ਸਾਡੀ, ਚੱਲੂਗੀ ਸਾਡੀ। ਤਾਂ ਮਾਰਕੀਟ ਕਮੇਟੀ ਕੀ ਕਰੀਏ? ਮਾਰਕੀਟ ਕੋਈ ਨਹੀਂ ਸਾਡੀ ਗੱਲ, ਨਾ ਅਸੀਂ ਸੁਣਦੀ ਮਾਰਕੀਟ ਕੀ ਗੱਲ, ਤਾਂ ਨਾ ਅਸੀਂ ਕੁਛ ਕਹਿੰਦੇ ਹਾਂ, ਉਹ ਤਾਂ ਅੱਜ ਕੱਲ੍ਹ ਹੁਣ ਇਹਨੇ ਦੁਨੀਆ ਸਭ ਵਿਕੀ ਹੁੰਦੀ ਵਿੱਚ। ਪਰ ਮੁੱਖ ਮੰਤਰੀ ਨੇ ਐਲਾਨ ਕਰਿਆ ਸੀਗਾ ਕਿ ਜਿਹੜਾ ਇਹ ਫੂਸ ਹੈ ਤੁਸੀਂ ਆਪਣੀ ਮਰਜ਼ੀ ਨਾਲ ਵੇਚ ਸਕਦੇ ਹੋ। ਮੁੱਖ ਮੰਤਰੀ ਤਾਂ ਕਹਿੰਦਾ, ਪਰ ਸਾਨੂੰ ਠੇਕੇਦਾਰ ਅੱਗੇ ਦਬਾ ਕੇ ਬੈਠਾ ਹੋਇਆ, ਠੇਕੇਦਾਰ ਨੇ ਦਬਾ ਰੱਖਿਆ, ਸਾਨੂੰ ਧਮਕੀਆਂ ਦਿੰਦਾ, ਸਾਨੂੰ ਧਮਕੀਆਂ ਦਿੰਦਾ ਠੇਕੇਦਾਰ, ਵੀ ਧਮਕੀਆਂ ਦੇ ਕੇ ਸਾਨੂੰ ਠੇਕੇਦਾਰ ਕਹਿੰਦਾ ਵੀ ਮੈਂ ਹੀ ਤੁਹਾਡਾ ਫੂਸ ਚੱਕੂੰਗਾ। ਵੀ ਅਸੀਂ ਇੱਕ ਗੱਲ ਇਹ ਵੀ ਕਹਿ ਦਿੱਤੀ ਠੇਕੇਦਾਰ ਨੂੰ ਵੀ ਚੱਲ ਕੋਈ ਨਾ ਸਾਡੇ ਪਿਆਰ ਨਾਲ ਸਾਡੇ ਨਾਲ ਕਰ ਲੈ ਰੇਟ ਜਿਹੜਾ ਦੁਨੀਆ ਦੇ ਰਹੀ ਹੈ, ਪਰ ਇਹ ਨਹੀਂ ਮੰਨ ਰਿਹਾ, ਉਰੇ ਸੰਗਰੂਰ ਦੀ ਮੰਡੀ 'ਚ ਨਹੀਂ ਮੰਨ ਰਿਹਾ, ਬਾਹਰੋਂ ਚੱਕੀ ਜਾਂਦਾ ਹੈ, ਬਾਹਰੋਂ ਇਹ 4 ਰੁਪਈਏ ਕਿਲੋ ਚੱਕ ਰਿਹਾ ਫੂਸ। ਤੁਹਾਡਾ ਜੇ ਤੁਸੀਂ ਆਪਦੀ ਮਰਜ਼ੀ ਨਾਲ ਵੇਚਦੇ ਫਿਰ ਕੀ ਦਿੱਕਤ ਆਉਂਦੀ ਹੈ? ਦਿੱਕਤ ਇਹ ਵੀ ਠੇਕੇਦਾਰ ਭਰ ਨਹੀਂ ਦਿੰਦਾ, ਗੱਡੀਆਂ ਨਹੀਂ ਲਾਉਣ ਦਿੰਦਾ, ਆਪਦੇ ਗੁੰਡੇ ਗਰਦੀਆਂ ਦੱਸਦੇ ਨੇ, ਆਹ ਹੀ ਹੁੰਦੀ, ਹੋਰ ਕੀ, ਬੁੜੀਆਂ ਡਰ ਜਾਂਦੀਆਂ ਨੇ। ਮਤਲਬ ਕੀ ਨਾਮ? ਬਿੰਦਰ ਕੌਰ। ਕਿਹੜਾ ਪਿੰਡ ਆ ਤੁਹਾਡਾ, ਕਿਹੜਾ ਸ਼ਹਿਰ? ਰਾਜਗੜ੍ਹ ਬਸਤੀ ਸੋਨੀਆ ਰੋਡ। ਠੀਕ ਹੈ, ਕਿਵੇਂ ਦੇਖਦੇ ਹੋ ਕਿ ਜਿਹੜਾ ਮੁੱਖ ਮੰਤਰੀ ਸਾਹਿਬ ਨੇ ਐਲਾਨ ਕਰਿਆ ਸੀਗਾ ਜਿਹੜੇ ਗਰੀਬ ਲੋਕ ਨੇ ਉਹ ਆਪ 4 ਖਰੀਦ ਕੇ ਆਪਦਾ ਫੂਸ ਸਾਹਿਬ ਦੇ ਸਕਦੇ ਨੇ, ਤਾਂ ਹੁਣ ਹਾਲਾਤ ਕੀ ਨੇ? ਅਸੀਂ ਤਾਂ ਇਹ ਕਹਿੰਦੇ ਹਾਂ ਵੀ ਜਿਹੜਾ ਭਗਵੰਤ ਮਾਨ ਨੇ ਸਾਡੇ ਨਾਲ ਵਾਅਦਾ ਕਰਿਆ ਸੀ ਨਾ, ਪਹਿਲਾਂ ਤਾਂ ਉਹਨੂੰ ਪੂਰਾ ਕੀਤਾ ਜਾਵੇ। ਦੇਖ ਅਸੀਂ ਸਰਕਾਰ ਬਣਾਈ ਸੀਗੀ ਆਪਣਾ ਵਾਅਦਾ ਪੂਰਾ ਕਰਾਉਣ ਲਈ, ਸਾਨੂੰ ਇਹ ਨਹੀਂ ਕਿ ਉਸ ਤੋਂ ਬਾਅਦ ਸਾਡੇ ਨਾਲ ਕਿਸੇ ਵੀ ਚੀਜ਼ ਦਾ ਧੱਕਾ ਹੋਵੇ, ਇਹ ਧੱਕਾ ਸਾਨੂੰ ਮਨਜ਼ੂਰ ਨਹੀਂ ਹੈਗਾ। ਅਸੀਂ ਕਹਿੰਦੇ ਹਾਂ ਜਿਹੜਾ ਸਾਡਾ ਫੂਸ ਹੈ, ਜਿਵੇਂ ਸਾਰੀ ਚੀਜ਼ ਦਾ ਸਾਰਿਆਂ ਨੂੰ ਰੇਟ ਮਿਲਦਾ, ਹੱਕ ਮਿਲਦਾ, ਉਸ ਤਰ੍ਹਾਂ ਸਾਡੇ ਫੂਸ ਦਾ ਵੀ ਸਾਨੂੰ ਹੱਕ ਮਿਲਣਾ ਚਾਹੀਦਾ, ਸਾਨੂੰ ਰੇਟ ਮਿਲਣਾ ਚਾਹੀਦਾ।
उस फूस का वह रेट कौन दवा सकता भगवंत मान क्यों जोड़ा हक दवा सकता साडा वह भगवंत मान है क्योंकि असी उन्होंने वोट पाई है उन्होंने सपोर्ट तो करी नहीं सी सीधी वोट पाई है वह भी वह बनता है हक भी साढ़े नाल खड़ना हाँ असं बेच सकते अपनी मर्जी नाल जेदा साढ़े नाल ना खड़े अपनी आन से सानू ना दिता रेट असी अपना फूस अपने दम से असी आप फैक्ट्रिया सीधा बेचांगे फिर जो समस्या यही आ रही है कि साडा फूस से ही सारा कुछ रुकिया होंदा है साडा घर बार बनाउणा मकान बनाउणे बच्चों की शादी करना जां कोई बच्चे नूं अगे वधाउणा सारा कुछ इस सीजन ते टिकिया होंदा साडा खास फूस ते टिकिया होंदा असी जिमीदार अपनी जीरी लैके आउंदा जी वह जीरी साफ सुथरी करके जी उहदे विचों जिहड़ा कूड़ा कबाड़ फूस निकलदा जी वह असी खरीददे आ जी जिमीदार तो मुल लेके जाने जी कोई 2000 का 5000 का 10000 का 200 का 100 का जी जिहो जिहा वो होंदा जी फूस वो असी थोड़ा थोड़ा लिजा के उहदे विचों जिन्ने कि साडे पैसे पूरे हो जाते हैं कई बार घाटा भी पै जाता जी असी फूस वह थोड़ा थोड़ा इकट्ठा करके जी भी सानू वह फूस ही बचदा जी असी पूरे का पूरा परिवार बच्चों तक भी साढ़े छोटे छोटे नाल आते हैं जी पर मुख्यमंत्री हाँ ये जी कमेटी ना रल के जी ठेकेदार सानू परेशान कर रहे हैं जी मुलाजम की कहते मार्केट कमेटी वाले मुलाजम जी उन्होंने पैसे अंदर खाते दे देंगे ने जी वो ठेकेदार की बोली बोलते हैं जी गल करिए असी बहुत बारी गल की है जी घट्टो घट 10 साल हो गए जी सानू मत्था मारते हैं हाँ जी हूँ भी सानू कोई राह नहीं दे रहा जी।